ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਤੁਹਾਡੀ ਹਮੇਸ਼ਾ ਹੀ ਹੋਵੇ ਚੜ੍ਹਦੀ ਕਲਾ। ਸੋ ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਤੁਹਾਡੇ ਆਪਣੇ ਚੈਨਲ PBS ਕਲਾਸਿਸ ਦੇ ਉੱਤੇ, ਔਰ ਅੱਜ ਲੈ ਕੇ ਆਇਆ ਹਾਂ ਮੈਂ 6ਵੀਂ ਵੀਡੀਓ PYQ ਸੀਰੀਜ਼ ਦੀ, ਜਿਹਦੇ ਵਿੱਚ ਕਿ ਅੱਜ ਆਪਾਂ ਪੰਜਾਬ PCS ਪ੍ਰੀਲਿਮ ਐਗਜ਼ਾਮ 2018 ਦੇ ਜੋ ਪ੍ਰੀਵੀਅਸ ਈਅਰ ਕੁਐਸਚਨਸ ਨੇ, ਠੀਕ ਹੈ, ਕਿਹਦੇ ਕੁਐਸਚਨ, ਸਾਇੰਸ ਦੇ ਕੁਐਸਚਨ, ਜੋ ਸਾਇੰਸ ਦੀ ਸੀਰੀਜ਼ ਚੱਲ ਰਹੀ ਹੈ ਉਹ ਆਪਾਂ ਕਰਾਂਗੇ, ਰਾਈਟ। ਸੋ 5 ਵੀਡੀਓਜ਼ ਆਲਰੇਡੀ ਬਣ ਚੁੱਕੀਆਂ ਨੇ, ਓਕੇ, ਔਰ ਅੱਜ ਦੀ ਕਰਦੇ ਹਾਂ ਸਟਾਰਟ। ਸੋ ਪਹਿਲਾਂ ਤਾਂ ਜਿਨ੍ਹਾਂ ਨੇ ਵੀ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਉੱਤੇ ਕਲਿੱਕ ਕਰ ਦਿਓ, ਔਰ ਫੇਸਬੁੱਕ, ਟਵਿੱਟਰ, ਟੈਲੀਗ੍ਰਾਮ ਜਾਂ ਇੰਸਟਾਗ੍ਰਾਮ ਦੇ ਉੱਤੇ ਮੈਨੂੰ ਫੋਲੋ ਕਰ ਸਕਦੇ ਆ, ਇੱਕੋ ਹੀ ਯੂਜ਼ਰ ਨੇਮ ਹੈ ਸਾਰਿਆਂ ਉੱਤੇ, PVS @PVS ਕਲਾਸਿਸ, ਓਕੇ। ਸੋ ਸ਼ੁਰੂਆਤ ਕਰਦੇ ਹਾਂ। ਸੋ ਪਹਿਲਾ ਕੁਐਸਚਨ, ਠੀਕ ਹੈ, ਸੋ ਇਹਦੀ ਇਸ ਪੇਪਰ ਦੀ ਜਿਹੜੀ ਹੈਗੀ ਓਪਨਿੰਗ ਹੀ ਸਾਇੰਸ ਦੇ ਕੁਐਸਚਨ ਨਾਲ ਹੋ ਗਈ ਆ, ਓਕੇ। ਪਹਿਲਾ ਕੁਐਸਚਨ ਜੋ ਹੈ ਉਹ ਤੁਹਾਡੇ ਸਾਹਮਣੇ ਆ, ਰਾਈਟ। ਦਾ ਐਲੀਮੈਂਟ ਵਿਚ ਇਜ਼ ਜਰਨਲੀ ਅਬਜ਼ੋਰਬਡ ਬਾਈ ਪਲਾਂਟਸ ਅਲੋਂਗ ਵਿਦ ਜ਼ਿੰਕ ਐਂਡ ਕੌਜ਼ਸ ਆਊਚ ਡਿਸੀਜ਼ ਇਨ ਹਿਊਮਨ ਬੀਇੰਗਸ ਇਜ਼, ਠੀਕ ਹੈ। ਸੋ ਕਹਿ ਰਹੇ ਆ ਕਿ ਜੋ ਪੌਦਿਆਂ ਵਿੱਚ ਜ਼ਿੰਕ ਦੇ ਨਾਲ ਜਿਹੜਾ ਤੱਤ ਸੋਖਿਆ ਜਾਂਦਾ ਵਾ, ਓਕੇ, ਉਹ ਜਿਨ੍ਹਾਂ ਦੇ ਵਿੱਚ ਜਿਸਦੇ ਨਾਲ ਇਨਸਾਨਾਂ ਦੇ ਵਿੱਚ ਆਊਚ ਜਿਹਦੀ ਬਿਮਾਰੀ ਹੋ ਜਾਂਦੀ ਹੈ, ਉਹ ਕਿਹੜਾ ਤੱਤ ਆ, ਠੀਕ ਹੈ। ਸੋ ਤੁਹਾਡੇ ਕੋਲ ਆਪਸ਼ਨਸ ਹੈਗੇ ਆ, ਟਿਨ, ਕੈਡਮੀਅਮ, ਮਰਕਰੀ, ਕਰੋਮੀਅਮ, ਓਕੇ, ਔਰ ਤੁਸੀਂ ਦੇਣਾ ਹੈ ਇਸਦਾ ਸਹੀ ਜਵਾਬ, ਓਕੇ। ਸੋ ਆਲ ਰਾਈਟ, ਇਹਦਾ ਸਹੀ ਜਵਾਬ ਹੈ ਇਹਦਾ ਆਪਸ਼ਨ ਨੰਬਰ ਬੀ, ਕੈਡਮੀਅਮ, ਓਕੇ। ਸੋ ਅੱਗੇ ਚੱਲਣ ਤੋਂ ਪਹਿਲਾਂ ਇੱਕ ਗੱਲ ਮੈਂ ਜੋ ਕੁਛ ਗੱਲਾਂ ਕਰ ਲੈਣੀਆਂ ਚਾਹੁੰਦਾ ਵਾਂ, ਸੋ ਇਹ ਤੁਸੀਂ ਦੇਖੋਗੇ ਕਿ ਜੋ ਕੁਐਸਚਨ ਹੈ ਇਹ PCS ਦਾ ਪੇਪਰ ਹੈ, ਇਹਦੇ ਵਿੱਚ 100 ਦੇ ਵਿੱਚੋਂ 17 ਕੁਐਸਚਨ ਜਿਹੜੇ ਹੈਗੇ ਆ ਉਹ ਕਾਹਦੇ ਆਏ ਆ, ਉਹ ਸਾਇੰਸ ਦੇ ਕੁਐਸਚਨ ਆਏ ਹੋਏ ਆ, 17 ਕੁਐਸਚਨ। ਸੋ ਇਹ ਬਿਲਕੁਲ ਵੀ ਸਾਇੰਸ ਨੂੰ ਇਗਨੋਰ ਨਹੀਂ ਕਰਨਾ ਹੈਗਾ, ਰਾਈਟ, ਕਿਸੇ ਵੀ ਸਬਜੈਕਟ ਨੂੰ ਇਨਫੈਕਟ ਇਗਨੋਰ, ਆਲ ਟੁਗੈਦਰ ਇਗਨੋਰ ਨਹੀਂ ਕਰ ਸਕਦੇ, ਬਿਕੋਜ਼ ਇਸ ਐਗਜ਼ਾਮ ਦੀ ਸਭ ਤੋਂ ਵੱਡੀ ਜਿਹੜੀ ਕਹਿ ਲਓ ਕਿ ਇਹਨੂੰ ਡਿਫੀਕਲਟ ਬਣਾਉਂਦਾ ਵਾ ਉਹ ਇਹਦਾ ਸਕੋਪ ਆ, ਇਹਦੀ ਵਾਸਟਨੈਸ ਇੰਨੀ ਆ, ਇੰਨੀ ਜ਼ਿਆਦਾ ਇਹਦੀ ਵਾਟਸਨੈਸ ਆ, ਠੀਕ ਹੈ। ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਇੱਕ ਹੀ ਚੀਜ਼ ਪੜ੍ਹਦੇ ਰਹਿ ਸਕਦੇ ਹਾਂ, ਔਰ ਕੁਐਸਚਨ ਉੱਥੋਂ ਆ ਜਾਵੇ ਜਿਹੜੇ ਤੁਸੀਂ ਕੁਐਸਚਨ ਪੜ੍ਹਿਆ ਹੀ ਨਹੀਂ, ਓਕੇ। ਸੋ ਆਪਣਾ ਸਕੋਪ ਵਧਾਉਣਾ ਹੁੰਦਾ ਵਾ, ਠੀਕ ਹੈ, ਸਾਰੇ ਟੋਪਿਕਸ ਕਵਰ ਕਰਨੇ ਹੁੰਦੇ ਆ, ਓਕੇ, ਤੁਸੀਂ ਕਿਸੇ ਵੀ ਚੀਜ਼ ਨੂੰ ਜਿਹੜਾ ਤੁਸੀਂ ਇਗਨੋਰ ਨਹੀਂ ਕਰ ਸਕਦੇ, ਠੀਕ ਹੈ। ਸੋ ਹੁਣ ਆਉਂਦੇ ਹਾਂ ਵਾਪਸ ਜਿਹੜਾ ਕੁਐਸਚਨ ਦੇ ਉੱਤੇ, ਸੋ ਜੋ ਆਊਚ ਡਿਸੀਜ਼ ਹੈ ਇਹਦੇ ਬਾਰੇ ਥੋੜ੍ਹਾ ਹੋਰ ਦੇਖ ਲੈਂਦੇ ਹਾਂ, ਰਾਈਟ। ਇਹਨੂੰ ਜਿਹੜਾ ਹੈਗਾ ਇਤਾਈ ਡਿਸੀਜ਼ ਵੀ ਕਿਹਾ ਜਾਂਦਾ ਵਾ ਪਹਿਲੀ ਗੱਲ 'ਤੇ, ਠੀਕ ਹੈ। ਇਹਦੇ ਵਿੱਚ ਹੁੰਦਾ ਕੀ ਹੈ ਕਿ ਇਟ ਇਜ਼ ਅ ਪੇਨਫੁਲ ਡਿਸੀਜ਼ ਆਫ ਬੋਨਸ ਐਂਡ ਜੁਆਇੰਟਸ, ਠੀਕ ਹੈ, ਹੱਡੀਆਂ ਵਿੱਚ, ਜੋੜਾਂ ਦੇ ਵਿੱਚ ਦਰਦ ਹੁੰਦਾ ਵਾ ਬਹੁਤ ਜ਼ਿਆਦਾ, ਜਿਹਦੇ ਕਰਕੇ ਆਵਾਜ਼ ਕੀ ਨਿਕਲਦੀ ਆ, ਆਊਚ ਆਊਚ, ਠੀਕ ਹੈ, ਤੁਰਨ ਫਿਰਨ ਲੱਗੇ ਇਹ ਆਵਾਜ਼ ਨਿਕਲਦੀ ਆ, ਆਊਚ ਆਊਚ, ਠੀਕ ਹੈ। ਜਾਂ ਜਾਪਾਨ ਦੇ ਵਿੱਚ ਕੀ ਕਹਿੰਦੇ ਆ, ਇਤਾਈ ਇਤਾਈ, ਰਾਈਟ। ਸੋ ਜੇ ਪੰਜਾਬ ਦੇ ਵਿੱਚ ਇਹਦਾ ਪੰਜਾਬੀ ਨਾਮ ਬਣਾਉਣਾ ਹੋਊ ਤਾਂ ਕੀ ਹੋਊਗਾ, ਹਾਏ ਹਾਏ ਮਰ ਗਏ, ਰਾਈਟ। ਸੋ ਇਸ ਤਰੀਕੇ ਨਾਲ ਅਸੀਂ ਰੱਖ ਸਕਦੇ ਹਾਂ ਯਾਦ ਕਿ ਆਊਚ ਆਊਚ ਡਿਸੀਜ਼ ਜਿਹੜੀ ਹੈਗੀ ਆ, ਓਕੇ, ਔਰ ਇਹ ਕਿਹਦੇ ਨਾਲ ਹੁੰਦੀ ਹੈ, ਕੈਡਮੀਅਮ ਦੀ, ਜੋ ਵਾਟਰ ਜਦੋਂ ਕੰਟੈਮੀਨੇਟ ਹੋ ਜਾਂਦਾ ਵਾ ਕੈਡਮੀਅਮ ਦੇ ਨਾਲ, ਸੋ ਉਹਦੇ ਨਾਲ ਹੁੰਦੀ ਹੈ ਇਹ ਡਿਸੀਜ਼, ਠੀਕ ਹੈ। ਸੋ ਅਗਲਾ ਕੁਐਸਚਨ, ਆਇਲ ਜ਼ੈਪਰ ਦੇ ਉੱਤੇ ਆਇਆ, ਵਾਟ ਇਜ਼ ਮੈਂਟ ਬਾਏ ਦਾ ਟਰਮ ਆਇਲ ਜ਼ੈਪਰ ਦੈਟ ਵਾਜ਼ ਦੈਟ ਵੀ ਫ੍ਰੀਕੁਐਂਟਲੀ ਹੇਅਰ ਇਨ ਦਾ ਨਿਊਜ਼, ਠੀਕ ਹੈ। ਸੋ ਆਇਲ ਜ਼ੈਪਰ ਦੇ ਉੱਤੇ ਪਹਿਲਾ ਕੁਐਸਚਨ ਜਿਹੜਾ ਹੈਗਾ UPSC ਦੇ ਵੀ ਪੁਰਾਣੇ ਪੇਪਰਾਂ ਦੇ ਵਿੱਚ ਤੁਹਾਨੂੰ ਮਿਲ ਜਾਏਗਾ, ਸੋ PPSC ਨੇ ਵੀ 2018 ਦੇ ਵਿੱਚ ਇਹ ਪੁੱਛਿਆ ਵਾ, ਓਕੇ। ਸੋ ਇਹ ਇੰਪੋਰਟੈਂਸ ਹੁੰਦੀ ਆ ਪ੍ਰੀਵੀਅਸ ਈਅਰ ਕੁਐਸਚਨਸ ਦੀ, ਸਾਨੂੰ ਪ੍ਰੀਵੀਅਸ ਈਅਰ ਜ਼ਰੂਰ ਕੁਐਸਚਨ ਕਰ ਲੈਣੇ ਚਾਹੀਦੇ ਆ ਤੁਸੀਂ ਪੰਜਾਬ ਦਾ ਕੋਈ ਵੀ ਐਗਜ਼ਾਮ ਦੇਣਾ ਵਾ, ਠੀਕ ਹੈ। ਸੋ ਐਟਲੀਸਟ ਸਾਰੇ ਕੁਐਸਚਨ ਜਿਹੜੇ ਹੈਗੇ ਆ ਤੁਸੀਂ ਕਰ ਲੈਣੇ ਚਾਹੀਦੇ, ਕਿਉਂਕਿ ਉਸੇ ਟੋਪਿਕ ਦੇ ਉੱਤੇ ਕੁਐਸਚਨ, ਠੀਕ ਹੈ, ਜਾਂ ਉਹੀ ਕੁਐਸਚਨ ਕਈ ਵਾਰੀ ਡਿਟੋ ਰਿਪੀਟ ਹੋ ਜਾਂਦੇ ਆ। ਸੋ ਕਰੋ, ਇਹਨੂੰ ਪੌਜ਼ ਕਰ ਲਓ ਵੀਡੀਓ ਨੂੰ, ਸਾਰੇ ਆਪਸ਼ਨਸ ਪੜ੍ਹੋ, ਓਕੇ, ਐਂਡ ਫਾਈਂਡ ਆਊਟ ਦਾ ਰਾਈਟ ਆਂਸਰ, ਓਕੇ। ਸੋ ਹੁਣ ਮੈਂ ਐਕਸਪਲੇਨ ਕਰਦਾ ਵਾਂ ਤੁਹਾਨੂੰ ਇਹਦਾ ਰਾਈਟ ਆਂਸਰ, ਜੋ ਰਾਈਟ ਆਂਸਰ ਹੈਗਾ ਵਾ ਉਹ ਹੈ ਕੀ ਹੈ, ਆਪਸ਼ਨ ਨੰਬਰ ਏ, ਆਇਲ ਜ਼ੈਪਰ ਇਜ਼ ਐਨ ਈਕੋ ਫਰੈਂਡਲੀ ਟੈਕਨੋਲੋਜੀ ਫੋਰ ਰੈਮੀਡੀਏਸ਼ਨ ਆਫ ਆਇਲੀ ਸਲੱਜ ਐਂਡ ਆਇਲ ਸਪਿਲਸ, ਠੀਕ ਹੈ। ਆਇਲ ਸਪਿਲਸ ਕੀ ਹੁੰਦੇ ਆ, ਜਦੋਂ ਸਮੁੰਦਰ ਦੇ ਵਿੱਚ ਜਿਹੜਾ ਹੈਗਾ ਵਾ ਜਹਾਜ਼ ਡੁੱਬ ਜਾਂਦਾ ਵਾ, ਜਾਂ ਜੋ ਆਇਲ ਵਾਲਾ ਜਹਾਜ਼ ਹੁੰਦਾ ਵਾ, ਠੀਕ ਹੈ, ਪੈਟਰੋਲੀਅਮ ਵਾਲਾ ਜੋ ਜਹਾਜ਼ ਹੁੰਦਾ ਵਾ, ਉਹ ਤੇਲ ਸਾਰਾ ਸਮੁੰਦਰ ਦੇ ਵਿੱਚ ਫੈਲ ਜਾਂਦਾ ਵਾ, ਠੀਕ ਹੈ, ਉਹਨੂੰ ਕਿਹਾ ਜਾਂਦਾ ਵਾ ਆਇਲ ਸਪਿਲਸ, ਠੀਕ ਹੈ। ਸੋ ਉਹਨੂੰ ਹੈਂਡਲ ਕਰਨ ਦੇ ਲਈ ਇਹ ਟੈਕਨੋਲੋਜੀ ਬਣਾਈ ਹੈ, ਆਇਲ ਜ਼ੈਪਰ ਦੀ ਟੈਕਨੋਲੋਜੀ। ਇਹਦੇ ਵਿੱਚ ਬੇਸਿਕਲੀ ਕੀ ਹੁੰਦਾ ਵਾ, ਆਇਲ ਜ਼ੈਪਰ ਬੇਸਿਕਲੀ ਤੁਹਾਡੇ ਕੋਲ ਬੈਕਟੀਰੀਆ ਹੁੰਦੇ ਆ, ਰਾਈਟ, ਕਿਹੜੇ ਬੈਕਟੀਰੀਆ, ਜਿਹੜੇ ਆਇਲ ਨੂੰ ਖਾਂਦੇ ਆ, ਠੀਕ ਹੈ। ਸੋ ਜਦੋਂ ਆਇਲ ਕੀ ਆ ਕਿ ਬਹੁਤ ਜ਼ਿਆਦਾ ਸਮੁੰਦਰ ਦੇ ਵਿੱਚ ਫੈਲ ਜਾਂਦਾ ਵਾ, ਤਾਂ ਉੱਥੋਂ ਦੇ ਸਾਰੇ ਜੀਵ ਜੰਤੂ, ਮੈਰਾਈਨ ਐਨੀਮਲਸ ਜਿਹੜੇ ਹੈਗੇ ਆ, ਉਹਨਾਂ ਦੀ ਵੱਡੀ ਗਿਣਤੀ 'ਚ ਮੌਤ ਹੋ ਜਾਂਦੀ ਹੈ, ਠੀਕ ਹੈ। ਸੋ ਜੋ ਕਿ ਇਨਵਾਇਰਮੈਂਟ ਨੂੰ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ ਵਾ,
ਠੀਕ ਹੈ। ਇਸ ਪ੍ਰੋਬਲਮ ਦਾ ਹੱਲ ਕਰਨ ਦੇ ਲਈ ਓਇਲ ਜ਼ੈਪਰ ਬਣਾਇਆ ਗਿਆ, ਇਹ ਪਾਊਡਰ ਫਾਰਮ ਦੇ ਵਿੱਚ ਹੁੰਦਾ ਵਾ, ਇਹਦੀ ਸਪਰੇਅ ਕਰ ਦਿੱਤੀ ਜਾਂਦੀ ਹੈ, ਠੀਕ ਹੈ। ਸੋ ਸਪਰੇਅ ਕਰਨ ਦੇ ਨਾਲ ਕੀ ਹੁੰਦਾ ਵਾ, ਬੇਸਿਕਲੀ ਕਿ ਜੋ ਬੈਕਟੀਰੀਆ ਜਿਹੜੇ ਹੈਗੇ ਆ ਉਹ ਫਿਰ ਉਹ ਓਇਲ ਨੂੰ ਜਿਹੜਾ ਹੈਗਾ ਖਾਣਾ ਸ਼ੁਰੂ ਕਰ ਦਿੰਦੇ ਆ, ਔਰ ਇਸ ਤਰੀਕੇ ਨਾਲ ਓਇਲ ਦਾ ਨਿਸ਼ਾਨ ਵੀ ਬਿਠਾ ਦਿੰਦੇ ਆ ਉੱਥੋਂ, ਉਸ ਜਗ੍ਹਾ ਤੋਂ, ਠੀਕ ਹੈ। ਸੋ ਦਿਸ ਇਜ਼ ਓਇਲ ਜ਼ੈਪਰ। ਓਕੇ, ਕੁਸ਼ਚਨ ਤੁਸੀਂ ਜਿੰਨੇ ਵੀ ਦੇਖੋਗੇ, ਬੇਸਿਕਲੀ ਕੀ ਹੈ ਕਿ ਕੁਸ਼ਚਨ ਜੋ 17 ਕੁਸ਼ਚਨ, ਇਹਦੇ ਵਿੱਚ ਮੈਂ 2 ਕੁਸ਼ਚਨ ਛੱਡ ਕੇ ਕਹਾਂਗਾ ਕਿ ਬਾਕੀ ਸਾਰੇ ਕੁਸ਼ਚਨ ਕੋਰ ਕੁਸ਼ਚਨ ਜੋ ਆਏ ਆ ਤੁਹਾਡੇ ਜੋ ਕੋਰ ਸਿਲੇਬਸ ਆ, ਰਾਈਟ, ਦੇ ਆਰ ਨੋਟ ਐਬਸਕਿਓਰ, 2 ਕੁਸ਼ਚਨ ਛੱਡ ਕੇ, ਰਾਈਟ। ਸੋ ਇਸ ਕਰਕੇ ਕੋਈ ਵੀ ਕੁਸ਼ਚਨ ਜੇ ਤੁਹਾਡਾ ਇਹਦੇ ਵਿੱਚੋਂ ਗਲਤ ਹੋ ਰਿਹਾ ਵਾ, ਠੀਕ ਹੈ, ਓਕੇ, ਸੋ ਤੁਹਾਡੇ ਲਈ ਚਿੰਤਾ ਦੀ ਗੱਲ ਹੈਗੀ ਆ ਉਹ, ਓਕੇ। ਸੋ ਅਗਲਾ ਕੁਸ਼ਚਨ ਤੁਸੀਂ ਦੇਖੋ, ਵਾਟ ਇਜ਼ ਡਿਫਰੈਂਸ ਬਿਟਵੀਨ CFL ਐਂਡ LED ਲੈਂਪ। ਵੀਡੀਓ ਪੌਜ਼ ਕਰੋ ਔਰ ਦੱਸੋ ਇਹਦਾ ਸਹੀ ਜਵਾਬ। ਓਕੇ, ਹੁਣ ਸਹੀ ਜਵਾਬ ਜਿਹੜਾ ਹੈਗਾ ਤਾਂ ਲੱਭਦੇ ਹਾਂ। ਸੋ ਪਹਿਲਾ ਆਪਸ਼ਨ ਕੀ ਆ, ਟੂ ਪ੍ਰੋਡਿਊਸ ਲਾਈਟ, ਅ CFL ਯੂਜ਼ ਮਰਕਰੀ ਵੇਪਰ, CFL ਮਰਕਰੀ ਵੇਪਰ ਐਂਡ ਫੋਸਫਰ ਦਾ ਯੂਜ਼ ਕਰਦਾ ਵਾ। ਓਕੇ, LED ਲੈਂਪ ਜਿਹੜਾ ਹੈ ਸੈਮੀ ਕੰਡਕਟਰ ਮਟੀਰੀਅਲ ਦਾ ਯੂਜ਼ ਕੀਤਾ ਜਾਂਦਾ ਵਾ, ਠੀਕ ਹੈ। ਸੋ ਬਿਲਕੁਲ ਸਹੀ ਹੈ, ਓਕੇ। LED ਦੀ ਫੁੱਲ ਫਾਰਮ ਹੁੰਦੀ ਹੈ ਲਾਈਟ ਇਮਿਟਿੰਗ ਡਾਇਓਡ, ਜੋ ਕਿ ਸੈਮੀ ਕੰਡਕਟਰ ਮਟੀਰੀਅਲ ਤੋਂ ਬਣਦਾ ਵਾ, ਪਰ CFL ਦੇ ਵਿੱਚ ਮਰਕਰੀ ਵੇਪਰ ਔਰ ਫੋਸਫਰ ਯੂਜ਼ ਹੁੰਦਾ ਵਾ, ਠੀਕ ਹੈ। ਸੋ ਅਗਲਾ ਹੀ ਸਟੇਟਮੈਂਟ ਦੇਖੋ, ਦਾ ਐਵਰੇਜ ਲਾਈਫ ਸਪੈਨ ਆਫ ਅ CFL ਇਜ਼ ਮਚ ਲੋਂਗਰ ਦੈਨ ਦੈਟ ਆਫ ਐਨ LED। ਸੋ ਕਹਿ ਰਿਹਾ ਕਿ CFL ਜਿਹੜਾ ਉਹ ਜ਼ਿਆਦਾ ਟਾਈਮ ਚੱਲਦੀ ਹੈ, LED ਜਿਹੜੀ ਹੈਗੀ ਆ ਘੱਟ ਟਾਈਮ ਚੱਲਦੀ ਹੈ, ਓਕੇ। ਸੋ ਕੋਮਨ ਸੈਂਸ ਇਹ ਕੁਸ਼ਚਨ ਆ, ਦਿਸ ਇਜ਼ ਰੋਂਗ ਸਟੇਟਮੈਂਟ, ਠੀਕ ਹੈ, ਕਿਉਂਕਿ LED ਐਡਵਾਂਸ ਟੈਕਨੋਲੋਜੀ ਹੈ, ਓਕੇ, ਇਹ ਜ਼ਿਆਦਾ ਚੱਲਦੀ ਹੈ, ਰਾਈਟ, ਓਕੇ। ਸੋ ਆਂਸਰ ਇਜ਼, ਸੈਕਿੰਡ ਸਟੇਟਮੈਂਟ ਇਜ਼ ਰੋਂਗ, ਓਕੇ। ਅਗੇਨ ਥਰਡ ਦੇਖੋ, CFL ਇਜ਼ ਲੈਸ ਐਨਰਜੀ ਐਫੀਸ਼ੀਐਂਟ ਐਜ਼ ਕੰਪੇਅਰ ਟੂ LED ਲੈਂਪ, ਓਕੇ। CFL ਜਿਹੜੀ ਹੈਗੀ ਆ ਉਹਦੀ ਐਨਰਜੀ ਐਫੀਸ਼ੀਐਂਸੀ ਘੱਟ ਹੈ, LED ਲੈਂਪ ਦੀ ਜ਼ਿਆਦਾ ਹੈ, ਠੀਕ ਹੈ। ਸੋ ਇਹ ਸਟੇਟਮੈਂਟ ਵੀ ਬਿਲਕੁਲ ਸਹੀ ਹੈ, ਠੀਕ ਹੈ। LED ਐਡਵਾਂਸ ਟੈਕਨੋਲੋਜੀ ਦੀ ਐਨਰਜੀ ਐਫੀਸ਼ੀਐਂਸੀ ਜ਼ਿਆਦਾ ਵਾ, ਓਕੇ। ਸੋ ਇਸ ਕਰਕੇ ਸਾਡਾ ਆਂਸਰ ਕੀ ਬਣਿਆ, ਸਾਡਾ ਆਂਸਰ ਬਣ ਗਿਆ 1 and 3, ਓਕੇ। ਅੱਗੇ ਅਗਲਾ ਕੁਸ਼ਚਨ, ਕੰਪਾਊਂਡਸ ਆਫ ਡੈਸ਼ ਕੋਜ਼ ਮਿਨਾ ਮਾਟਾ ਡਿਸੀਜ਼। ਡੈਸ਼ ਦੇ ਤੱਤ ਦੇ ਮਿਸ਼ਰਣ ਮਿਨਾ ਮਾਟਾ ਬਿਮਾਰੀ ਦਾ ਕਾਰਨ ਬਣਦੇ ਹਨ, ਓਕੇ। ਸੋ ਤੁਹਾਡੇ ਕੋਲ ਆਪਸ਼ਨ ਨੇ ਮਰਕਰੀ, ਕੈਡਮੀਅਮ, ਕੋਬਾਲਟ, ਫਰਟੀਲਾਈਜ਼ਰਸ, ਔਰ ਤੁਸੀਂ ਦੇਣਾ ਇਸਦਾ ਸਹੀ ਜਵਾਬ, ਔਰ ਸਹੀ ਜਵਾਬ ਹੈ ਆਪਸ਼ਨ ਏ, ਮਰਕਰੀ, ਠੀਕ ਹੈ। ਸੋ ਮਿਥਾਈਲ ਮਰਕਰੀ ਦੇ ਨਾਲ ਜਿਹੜੀ ਹੈਗੀ ਹੈ ਮਿਨਾ ਮਾਟਾ ਡਿਸੀਜ਼ ਹੁੰਦੀ ਹੈ। ਸੋ ਇਹ ਜਾਪਾਨ ਦੇ ਵਿੱਚ ਇੱਕ ਬੇ ਹੈ ਮਿਨਾ ਮਾਟਾ ਬੇ, ਜਿੱਥੇ ਪਹਿਲਾਂ ਜਿਹੜੀ ਹੈਗੀ ਹੈ ਇਹ ਮਰਕਰੀ ਪੋਲਿਊਸ਼ਨ ਦੇ ਕਾਰਨ ਉੱਥੋਂ ਦੇ ਜਿਹੜੇ ਇਨਹੈਬੀਟੈਂਟ ਸੀਗੇ ਉਸ ਏਰੀਆ ਦੇ, ਉਹਨਾਂ ਦੇ ਵਿੱਚ ਜਿਹੜੇ ਹੈਗੇ ਆ ਇਹ ਡਿਸੀਜ਼ ਪਾਈ ਗਈ, ਓਕੇ। ਸੋ ਇਹਦਾ ਨਾਮ ਪਾਇਆ ਗਿਆ ਮਿਨਾ ਮਾਟਾ ਡਿਸੀਜ਼। ਸੋ ਐਮ ਤੋਂ ਮਿਨਾ ਮਾਟਾ ਔਰ ਐਮ ਤੋਂ ਮਰਕਰੀ, ਓਕੇ, ਠੀਕ ਹੈ, ਇਸ ਤਰੀਕੇ ਨਾਲ ਰੱਖ ਸਕਦੇ ਹਾਂ ਯਾਦ। ਸੋ ਹੋਰ ਥੋੜ੍ਹਾ ਦੇਖ ਲਈਏ ਮਿਨਾ ਮਾਟਾ ਡਿਸੀਜ਼ ਦੇ ਬਾਰੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮਿਥਾਈਲ ਮਰਕਰੀ ਦੇ ਨਾਲ ਪੋਇਜ਼ਨਿੰਗ ਹੋ ਜਾਂਦੀ ਹੈ। ਮਿਨਾ ਮਾਟਾ ਜਿਹੜੀ ਬੇ ਹੈ ਜਾਪਾਨ ਦੀ, ਉੱਥੇ ਇਹ ਕੰਮ ਸ਼ੁਰੂ ਹੋਇਆ, ਓਕੇ। ਸੋ ਡਿਸੀਜ਼ ਬੇਸਿਕਲੀ ਕੀ ਹੈ ਕਿ ਸਾਡੇ ਨਰਵਸ ਸਿਸਟਮ ਉੱਤੇ ਇਹ ਅਟੈਕ ਕਰਦੀ ਹੈ, ਠੀਕ ਹੈ, ਜਿਹਦੇ ਕਾਰਨ ਸਾਨੂੰ ਇਹ ਪੈਰੀਫਰਲ ਸੈਂਸਰਸ, ਸੈਂਸਰੀ ਲੋਸ, ਟਿਊਮਰ, ਓਕੇ, ਔਰ ਸਾਨੂੰ ਸੁਣਨ ਦੀ ਦਿੱਕਤ ਆਉਂਦੀ ਹੈ, ਦੇਖਣ ਦੀ ਦਿੱਕਤ ਆਉਂਦੀ ਹੈ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਨਰਵਸ ਸਿਸਟਮ ਨਾਲ ਰਿਲੇਟਡ ਹੁੰਦੀਆਂ ਵਾ, ਓਕੇ। ਸੋ ਅਗਲੀ ਗੱਲ ਤੁਸੀਂ ਦੇਖੋ ਕਿ ਇੱਕ ਤਾਂ ਮਿਥਾਈਲ ਮਰਕਰੀ ਹੈ ਔਰ ਦੂਸਰਾ ਹੁੰਦਾ ਇਥਾਈਲ ਮਰਕਰੀ, ਠੀਕ ਹੈ, ਔਰ ਜੋ ਇਥਾਈਲ ਮਰਕਰੀ ਹੈ ਇਹ ਸਾਡੀ ਹੈਲਥ ਲਈ ਬਿਲਕੁਲ ਵੀ ਮਾੜਾ ਨਹੀਂ ਹੈਗਾ, ਠੀਕ ਹੈ। ਸੋ ਇਸ ਤਰੀਕੇ ਨਾਲ ਤੁਹਾਨੂੰ ਕਿਤੇ ਨਾ ਕਿਤੇ ਉਲਝਾਉਣ ਦੀ ਵੀ ਕਿਸੇ ਪੇਪਰ 'ਚ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸੋ ਨੋਟ ਡਾਊਨ ਕਿ ਮਿਥਾਈਲ ਮਰਕਰੀ ਹੀ ਸਾਡੇ ਲਈ ਲੀਥਲ ਹੈ, ਓਕੇ। ਸੋ ਅਗਲਾ ਦੇਖੋ, ਦਾ ਮਿਨਾ ਮਾਟਾ ਕਨਵੈਨਸ਼ਨ, ਅੱਛਾ, ਜਿਹੜਾ ਇਹ ਹੁਣ ਮਰਕਰੀ ਪੋਲਿਊਸ਼ਨ ਨੂੰ ਰੋਕਣ ਦੇ ਲਈ ਇੱਕ ਗਲੋਬਲ ਟ੍ਰੀਟੀ ਬਣਾਈ ਗਈ ਜਿਹਦਾ ਨਾਂ ਹੈ ਮਿਨਾ ਮਾਟਾ ਕਨਵੈਨਸ਼ਨ ਔਨ ਮਰਕਰੀ, ਠੀਕ ਹੈ। 2003 ਦੇ ਵਿੱਚ ਇਹ 'ਤੇ ਐਗਰੀ ਹੋਏ ਆ ਸਵਿਟਜ਼ਰਲੈਂਡ ਜਨੇਵਾ ਦੇ ਅੰਦਰ, ਠੀਕ ਹੈ, ਓਕੇ। ਸੋ ਮੋਟੇ ਮੋਟੇ ਫੈਕਟ ਜਿਹੜੇ ਹੈਗੇ ਤੁਹਾਡੇ ਨੂੰ ਇਹਦੇ ਰਿਲੇਟਡ ਦੇ ਦਿੱਤੇ ਆ। ਅਗਲਾ ਕੁਸ਼ਚਨ ਦੇਖਦੇ ਹਾਂ ਹੁਣ, ਠੀਕ ਹੈ, ਵਿਚ ਇਜ਼ ਦਾ ਜੀਓਲੋਜੀਕਲ ਨੇਮ ਆਫ ਦਾ ਸਟੇਟ ਬਰਡ ਆਫ ਪੰਜਾਬ। ਪੰਜਾਬ ਦੇ ਜਿਹੜਾ ਸਟੇਟ ਬਰਡ ਹੈ ਕੌਣ ਹੈ, ਓਕੇ। ਸੋ ਸਟੇਟ ਬਰਡ ਹੈ ਬਾਜ, ਓਕੇ। ਉਹ ਬਾਜ ਦਾ ਪੁੱਛ ਰਹੇ ਆ ਕਿ ਜੀਓਲੋਜੀਕਲ ਨੇਮ ਕੀ ਆ, ਓਕੇ, ਇਹ ਮੇਨ ਕੁਸ਼ਚਨ ਹੈ। ਆਪਸ਼ਨ ਤੁਹਾਡੇ ਕੋਲ ਹੈਗਾ ਵਾ ਐਸੀਪੀਟਰ ਜੈਂਟਲਿਸ, ਐਂਟੀਲੋਪ ਸਰਵੀ ਕੈਪਰਾ, ਦਲਬੋਜੀਆ ਸੀਸੋ, ਆਈਕੋਰਨੀਆ ਕ੍ਰੈਸਪੀਪਸ, ਓਕੇ। ਸੋ ਇਹ ਸਾਰੇ ਆਪਸ਼ਨਸ ਹੈਗੇ ਆ, ਤੁਸੀਂ ਦੱਸਣਾ ਹੈ ਸਹੀ ਜਵਾਬ, ਔਰ ਇਹਦਾ ਸਹੀ ਜਵਾਬ ਹੈ ਆਪਸ਼ਨ ਨੰਬਰ ਏ,
ਠੀਕ ਹੈ ਸੀ ਪੀਟਰ ਜੈਂਟਲਸ ਜੀ ਕੇ ਦਾ ਕੁਐਸਚਨ ਸੀਗਾ ਜੀਓਲੋਜੀਕਲ ਨੇਮ ਸਾਇੰਸ ਦੇ ਨਾਲ ਵੀ ਲਿੰਕਡ ਆ ਸੋ ਆਪਾਂ ਲਿਆ ਅਗਲਾ ਕੁਐਸਚਨ ਦੇਖੋ ਵੈਨ ਅ ਬਾਲ ਡਰੋਪਸ ਔਨ ਦਾ ਫਲੋਰ ਇਟ ਬਾਉਂਸਿਸ ਦਿਸ ਇਜ਼ ਅਕੋਰਡਿੰਗ ਟੂ ਓਕੇ ਜਦੋਂ ਇੱਕ ਗੇਂਦ ਫਰਸ਼ 'ਤੇ ਡਿੱਗਦੀ ਆ ਤਾਂ ਇਹ ਉਛਲਦੀ ਆ ਜਾਂ ਬੁੜਕਦੀ ਆ ਇਹਦੇ ਉੱਤੇ ਨਿਊਟਨ ਦਾ ਕਿਹੜਾ ਸਿਧਾਂਤ ਲਾਗੂ ਹੁੰਦਾ ਓਕੇ ਸੋ ਤੁਸੀਂ ਦੇਣਾ ਇਸ ਦਾ ਸਹੀ ਜਵਾਬ ਔਰ ਇਹਦੇ ਸਹੀ ਜਵਾਬ ਅਗਰ ਤੁਸੀਂ ਦੇਖੋ ਤਾਂ ਦੋਨੋਂ ਹੀ ਇਹ ਚੀਜ਼ਾਂ ਬਣਦੀਆਂ ਨੇ ਆਪਸ਼ਨ ਸੀ ਵੀ ਬਣਦਾ ਵਾ ਆਪਸ਼ਨ ਡੀ ਵੀ ਬਣਦਾ ਵਾ ਕਿਉਂ ਕਿਉਂਕਿ ਨਿਊਟਨ ਦੇ ਥਰਡ ਲਾਅ ਦੇ ਹਿਸਾਬ ਦੇ ਨਾਲ ਹੀ ਜਿਹੜਾ ਹੈਗਾ ਵਾ ਇਹ ਹੁੰਦਾ ਵਾ ਮੋਸ਼ਨ ਓਕੇ ਐਂਡ ਬਾਲ ਇਜ਼ ਇਲਾਸਟਿਕ ਹੁਣ ਬਾਲ ਇਲਾਸਟਿਕ ਨਹੀਂ ਹੋਏਗੀ ਤਾਂ ਵੀ ਨਹੀਂ ਉਹ ਜਿਹੜੀ ਹੈਗੀ ਆ ਉਹ ਉਛਲੇਗੀ ਵਾਪਸ ਓਕੇ ਠੀਕ ਹੈ ਹੁਣ ਅਗਰ ਗੱਲ ਕਰੀਏ ਤਾਂ ਤੁਸੀਂ ਕੋਈ ਰੁਮਾਲ ਥੱਲੇ ਸਿੱਟਦੇ ਹਾਂ ਉਹ ਤਾਂ ਨਹੀਂ ਵਾਪਸ ਉਛਲਦਾ ਕਿਉਂ ਕਿਉਂਕਿ ਉਹ ਇਲਾਸਟਿਕ ਨਹੀਂ ਹੈਗੀ ਸੋ ਦੋਨੋਂ ਹੀ ਜਿਹੜੇ ਹੈਗੇ ਇਹਦੇ ਵਿੱਚ ਇਹ ਆਪਸ਼ਨ ਬਣਦੇ ਆ ਇਸੇ ਕਰਕੇ PPSC ਨੇ ਇਹਦੇ ਲਈ ਦਿੱਤੇ ਗ੍ਰੇਸ ਮਾਰਕਸ ਓਕੇ ਜੇ ਪੰਜਾਬੀ ਦੇ ਵਿੱਚ ਤੁਸੀਂ ਦੇਖੋ ਤਾਂ ਪੰਜਾਬੀ 'ਚ ਕੁਐਸਚਨ ਸਿੱਧਾ ਪੁੱਛਿਆ ਗਿਆ ਵੀ ਨਿਊਟਨ ਦਾ ਕਿਹੜਾ ਸਿਧਾਂਤ ਲਾਗੂ ਹੁੰਦਾ ਹੈ ਉੱਥੇ ਤਾਂ ਬਿਲਕੁਲ ਸਹੀ ਹੈ ਵੀ 3 ਆਪਸ਼ਨ ਬਣਦੀ ਹੈ ਓਕੇ ਨਿਊਟਨ ਦੇ ਸਿਧਾਂਤ ਬਾਰੇ ਪੁੱਛਿਆ ਗਿਆ ਪਰ ਅੰਗਰੇਜ਼ੀ ਕਿਉਂਕਿ ਅੰਗਰੇਜ਼ੀ ਵਾਲੇ ਨੂੰ ਹੀ ਜਿਹੜਾ ਫਾਈਨਲ ਮੰਨਦੇ ਹੁੰਦੇ ਨਾ ਸਟੇਟਮੈਂਟ ਨੂੰ ਸੋ ਇਹਦੇ ਵਿੱਚ ਸਿੰਪਲੀ ਇੱਦਾਂ ਹੀ ਲਿਖ ਕੇ ਛੱਡਦਾ ਦਿੱਤਾ ਗਿਆ ਦਿਸ ਇਜ਼ ਅਕੋਰਡਿੰਗ ਟੂ ਓਕੇ ਸੋ ਇਸ ਕਰਕੇ ਇਹਦੇ ਵਿੱਚ ਸਾਨੂੰ ਮਿਲੇ ਗ੍ਰੇਸ ਮਾਰਕਸ ਸੋ ਇੱਦਾਂ ਦੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ PPSC ਕੋਲੋਂ ਓਕੇ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਨਿਊਟਨ ਦਾ ਥਰਡ ਲਾਅ ਹੈ ਟੂ ਐਵਰੀ ਐਕਸ਼ਨ ਦੇਅਰ ਇਜ਼ ਐਨ ਈਕੁਅਲ ਐਂਡ ਆਪੋਜ਼ਿਟ ਰਿਐਕਸ਼ਨ ਬਾਲ ਧਰਤੀ 'ਤੇ ਡਿੱਗੀ ਇੱਕ ਐਕਸ਼ਨ ਹੋਇਆ ਉਹਨੂੰ ਵਾਪਸ ਜਿਹੜਾ ਬੁੜਕਾ ਕੇ ਉੱਪਰ ਮਾਰਿਆ ਅਰਥ ਨੇ ਉਹ ਇੱਕ ਰਿਐਕਸ਼ਨ ਹੋਇਆ ਠੀਕ ਹੈ ਅਗਲਾ ਕੁਐਸਚਨ ਤੁਹਾਡੇ ਸਾਹਮਣੇ ਹਾਈਡਰੋਲਿਕ ਬੇਅਰ ਦੇ ਉੱਤੇ ਬ੍ਰੇਕ ਦੇ ਉੱਤੇ ਕਿ ਹਾਈਡਰੋਲਿਕ ਬ੍ਰੇਕ ਜਿਹੜਾ ਹੈਗਾ ਉਹ ਕਿਸ ਸਿਧਾਂਤ 'ਤੇ ਕੰਮ ਕਰਦੀ ਹੈ ਸੋ ਆਪਸ਼ਨ ਸਾਡੇ ਕੋਲ ਹੈਗੀ ਆ ਆਰਕਮਡੀਜ਼ ਪ੍ਰਿੰਸੀਪਲ ਟੋਰੀਸੈਲੀਜ ਲਾ ਬਰਨੋਲੀਜ ਥਿਊਰਮ ਪਾਸਕਲ ਲਾ ਔਰ ਤੁਸੀਂ ਦੇਣਾ ਇਸਦਾ ਸਹੀ ਜਵਾਬ ਔਰ ਇਸਦਾ ਸਹੀ ਜਵਾਬ ਹੈ ਆਪਸ਼ਨ ਡੀ ਪਾਸਕਲਸ ਲਾ ਓਕੇ ਹੁਣ ਆਪਾਂ ਇਹ ਸਾਰੇ ਸਿਧਾਂਤ ਇੱਕ ਵਾਰੀ ਦੇਖਾਂਗੇ ਪਹਿਲਾਂ ਪਾਸਕਲ ਲਾਅ ਤੋਂ ਸਟਾਰਟ ਕਰਦੇ ਹਾਂ ਸੋ ਪਾਸਕਲ ਲਾਅ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਵਾ ਫੋਰਸ ਪਰ ਯੂਨਿਟ ਏਰੀਆ ਜਿਹੜਾ ਹੈਗਾ ਵਾ ਇਹ ਕੋਨਸਟੈਂਟ ਰਹਿੰਦਾ ਵਾ ਠੀਕ ਹੈ ਜਦੋਂ ਵੀ ਇੱਕ ਫਲੱਡ ਦੇ ਉੱਤੇ ਇੱਕ ਜੋ ਇੱਕ ਪ੍ਰੈਸ਼ਰ ਐਗਜ਼ਰਟ ਕੀਤਾ ਜਾਂਦਾ ਵਾ ਤਾਂ ਉਹ ਇਕੁਅਲੀ ਹੀ ਐਗਜ਼ਰਟ ਹੁੰਦਾ ਹਰ ਪਾਸੇ ਠੀਕ ਹੈ ਸੋ ਪ੍ਰੈਸ਼ਰ ਬੇਸਿਕਲੀ ਕੀ ਹੁੰਦਾ ਵਾ ਫੋਰਸ ਅਪੋਨ ਏਰੀਆ ਓਕੇ ਸੋ ਇਸ ਕਰਕੇ ਕੀ ਕਿਹਾ ਗਿਆ ਵਾ ਕਿ F1A1 ਠੀਕ ਹੈ ਜਦੋਂ ਅਸੀਂ ਇਹ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਇੱਕ ਪਾਸੇ ਪਿਸਟਨ ਜਿਹੜਾ ਹੈ ਛੋਟਾ ਲੱਗਾ ਵਾ ਉਹਦਾ ਏਰੀਆ ਕਿੰਨਾ ਵਾ A1 ਠੀਕ ਹੈ ਔਰ ਉੱਥੇ ਫੋਰਸ ਵੀ ਘੱਟ ਲਗਾਈ ਗਈ ਹੈ F1 ਠੀਕ ਹੈ ਦੂਸਰੇ ਪਾਸੇ ਪਿਸਟਨ ਵੱਡਾ ਲੱਗਾ ਵਾ ਓਕੇ ਸੋ ਇਹਨੂੰ ਅਗਰ ਜਸਟ ਮੈਂ ਤੁਹਾਨੂੰ ਨੰਬਰਸ ਦੇ ਵਿੱਚ ਇੱਕ ਵਾਰੀ ਸਮਝਾ ਦੇਵਾਂ ਕਿ ਮੰਨ ਲਓ ਕਿ F1 ਆਪਣੇ ਕੋਲ ਹੈਗਾ 5 ਨਿਊਟਨ ਠੀਕ ਹੈ ਫੋਰਸ ਆ ਠੀਕ ਹੈ ਏਰੀਆ ਮੰਨ ਲਓ ਕਿ ਏਰੀਆ ਇਹਦਾ ਹੈਗਾ ਵਾ 2 cm² ਠੀਕ ਹੈ ਔਰ ਇੱਧਰ F2 ਜਿਹੜਾ ਆਪਾਂ ਕੱਢਾਂਗੇ ਠੀਕ ਹੈ ਔਰ ਆਪਣਾ ਇੱਧਰ ਏਰੀਆ ਕਿੰਨਾ ਹੈ ਇੱਧਰ ਆਪਾਂ ਏਰੀਆ ਲਾ ਲੈਂਦੇ ਹਾਂ ਕਿ 20 cm² ਆ ਓਕੇ ਸੋ ਕੀ ਹੋਇਆ ਠੀਕ ਹੈ ਏਰੀਆ ਇੱਧਰ ਵਧਿਆ ਔਰ ਇਹਦੇ ਨਾਲ ਜਦੋਂ ਅਸੀਂ F2 ਕੈਲਕੂਲੇਟ ਕਰਦੇ ਹਾਂ ਤਾਂ ਇਹ F2 ਕਿੰਨੀ ਬਣਦੀ ਹੈ ਠੀਕ ਹੈ 2 ਦੇ ਨਾਲ 2 ਗਏ ਔਰ ਇਹ 10 ਹੋ ਗਿਆ ਸੋ F2 ਦੀ ਵੈਲਿਊ ਸਾਡੇ ਕੋਲ ਆ ਜਾਏਗੀ 50 ਨਿਊਟਨ ਓਕੇ ਸੋ ਬੇਸਿਕਲੀ ਇੱਧਰਲੇ ਪਾਸੇ ਜਿਹੜਾ ਹੈਗਾ ਛੋਟੇ ਪਿਸਟਨ ਦੇ ਉੱਤੇ ਅਸੀਂ 5 ਨਿਊਟਨ ਦਾ ਅਸੀਂ ਜ਼ੋਰ ਲਾਇਆ ਔਰ ਸਾਨੂੰ ਵੱਡੇ ਜਿਹੜਾ ਹੈਗਾ ਵਾ ਪਿਸਟਨ ਦੇ ਉੱਤੇ ਕਿੰਨਾ ਫੋਰਸ ਮਿਲ ਗਿਆ 50 ਨਿਊਟਨ ਓਕੇ ਇਸੇ ਕਰਕੇ ਤਾਂ ਤੁਸੀਂ ਹਾਈਡਰੋਲਿਕ ਲਿਫਟ ਦੇ ਨਾਲ ਬੜੀ ਆਰਾਮ ਦੇ ਨਾਲ ਗੱਡੀ ਚੱਕ ਦਿੰਦੇ ਹਾਂ ਰਾਈਟ ਓਕੇ ਉਹ ਪਾਸਕਲ ਦਾ ਹੀ ਪ੍ਰਿੰਸੀਪਲ ਕੰਮ ਕਰਦਾ ਹੈ ਹਾਈਡਰੋਲਿਕ ਲਿਫਟ ਹੋਵੇ ਜਾਂ ਹੋਵੇ ਹਾਈਡਰੋਲਿਕ ਬ੍ਰੇਕ ਓਕੇ ਉਹ ਕਿਹਦੇ ਉੱਤੇ ਕੰਮ ਕਰਦੀ ਹੈ ਉਹ ਕਰਦੀ ਹੈ ਪਾਸਕਲ ਲਾਅ ਦੇ ਉੱਤੇ ਓਕੇ ਸੋ ਬੇਸਿਕਲੀ ਤੁਹਾਨੂੰ ਇੱਕ ਜਿਹੜਾ ਹੈਗਾ ਵਾ ਰੀਫਰੈਸ਼ ਕਰਾਉਣਾ ਵਾ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਜਾ ਰਿਹਾ ਮੈਂ ਇਹਦੀ ਠੀਕ ਹੈ ਸੋ ਬਰਨੋਲੀ ਦਾ ਪ੍ਰਿੰਸੀਪਲ ਬਰਨੋਲੀ ਥਿਊਰਮ ਕੀ ਹੁੰਦੀ ਹੈ ਠੀਕ ਹੈ ਕਿ ਜੋ ਸਾਡਾ ਪ੍ਰੈਸ਼ਰ ਹੈ ਕਾਈਨੈਟਿਕ ਐਨਰਜੀ ਹੈ ਐਂਡ ਪੋਟੈਂਸ਼ੀਅਲ ਐਨਰਜੀ ਜਿਹੜੀ ਇੱਕ ਫਲੂਇਡ ਦੀ ਜਿਹੜੀ ਹੈਗੀ ਆ ਉਹ ਕੋਨਸਟੈਂਟ ਰਹਿੰਦੀ ਆ ਠੀਕ ਹੈ ਸੋ ਪੀ ਓਕੇ ਔਰ ਹਾਫ V² ਓਕੇ ਸੋ ਮਤਲਬ ਬੇਸਿਕਲੀ ਸਾਡਾ ਕੀ ਹੈ ਕਿ ਪ੍ਰੈਸ਼ਰ ਕਾਈਨੈਟਿਕ ਐਨਰਜੀ ਪੋਟੈਂਸ਼ੀਅਲ ਐਨਰਜੀ ਇਹ ਕੋਨਸਟੈਂਟ ਰਹਿੰਦੀ ਹੈ ਇਹ ਬਰਨੋਲੀ ਥਿਊਰਮ ਹੈ ਸੋ ਜਦੋਂ ਇਹਦੇ ਉੱਤੇ ਵੀ ਕੁਐਸਚਨ ਬਣਦਾ ਵਾ ਕਿ ਜਦੋਂ ਇੱਕ ਸਪਿਨਰ ਜਿਹੜਾ ਹੈਗਾ ਵਾ ਉਹ ਬਾਲ ਨੂੰ ਸਪਿਨ ਕਰਦਾ ਤਾਂ ਉਹ ਬਾਲ ਹਵਾ 'ਚ ਕਿੱਦਾਂ ਸਪਿਨ ਹੋ ਜਾਂਦੀ ਆ ਠੀਕ ਹੈ ਕਿਉਂਕਿ ਉਹ ਹਵਾ ਦੇ ਵਿੱਚ ਕਿੱਦਾਂ ਹੀ ਆਪਣੀ ਡਾਇਰੈਕਸ਼ਨ ਚੇਂਜ ਕਰ ਲੈਂਦੀ ਆ ਸੋ ਉਹਦਾ ਕਾਰਨ ਕੀ ਹੁੰਦਾ ਵਾ ਠੀਕ ਹੈ ਜ਼ਮੀਨ ਦੇ ਉੱਤੇ ਡਿੱਗ ਗਿਆ ਤਾਂ ਕਰਨੀ ਚੇਂਜ ਓਕੇ ਉਹ ਤਾਂ ਪਤਾ ਲੱਗ ਰਿਹਾ ਕਿ ਫੋਰਸ ਲੱਗੇਗਾ ਪਰ ਜਦੋਂ ਹਵਾ ਦੇ ਵਿੱਚ ਹੀ ਕਿੱਦਾਂ ਉਹ ਘੁੰਮ ਜਾਂਦੀ ਹੈ ਗੇਂਦ
राइट। सो उहदे पिछे भी जिहड़ा हैगा एक्सप्लेनेशन की आउंदी आ बर्नौली दी थ्योरम, बर्नौली दा सिद्धांत। अगला क्वेश्चन देखते हैं आर्कमडीज प्रिंसीपल। ठीक है, आर्कमडीज प्रिंसीपल नूं जिहड़ा हैगा साइंस विच लॉ ऑफ बायोंसी करके भी कहा जाता वा। ओके, सो बेसिकली इहदे विच इह कीती जांदी वी जदों भी कोई ऑब्जेक्ट जिहड़ा हैगा वा पानी दे विच जां किसे लिक्विड फ्लूइड दे विच सुट्टिया जांदा वा तां की हुंदा वा, उहदे उत्ते इक बायोंट फोर्स लगदी है, इक अपवर्ड फोर्स लगदी है जिहनूं नाम दित्ता गया बायोंट फोर्स दा। ठीक है, जिद्दां आपां वी चले दे विच जां स्विमिंग पूल च नहाउंदे आ तां आपां नूं लगदा कि साडे उप सानूं साडे ते उपर वल नूं कोई फोर्स लग रही है। ठीक है, दैट इज़ बायोंट फोर्स। हुण इह फोर्स दा मैगनीट्यूड किन्ना हुंदा वा, मैगनीट्यूड किन्ना हुंदा जिन्ना इहने वाटर रिप्लेस कीता वा। ठीक है, जिद्दां मान लो कि इस केस च इहने इन्ना वाटर जिहड़ा हैगा उह रीप्लेस करता, हुण इहने वाटर दा जिन्ना भी वेट होगा, ठीक है, मान लो इहदा वाटर दा वेट जिहड़ा हैगा उह 10 किलो आउंदा वा। ठीक है, तो 10 किलो जिहड़ी हैगी आ 10 kg दी बायोंट फोर्स उपर नूं लग रही है। ऑल राइट, अगला देखो टॉरी सैलिस लॉ। ठीक है, टॉरी सैलिस लॉ बेसिकली सानू रिलेशन दसदा वा बिटवीन फ्लूइड एग्जिट वेलोसिटी एंड इट्स हाइट इन द कंटेनर। ठीक है, सो कोई कंटेनर है उहदे विच पूरा जिहड़ा तुसीं देख सकदे हो कि इत्थे तक फ्लूइड भरिया होया वा। ठीक है, सो उहदे विच किते भी शेक कर दिता जांदा वा तां उहदी एग्जिट वेलोसिटी की होएगी, किन्नी दूर जाके उहदा जिहड़ा हैगी धार पएगी। ठीक है, सो इह सारी जिहड़ी हैगी आ इह सानू टॉरी सैलिस लॉ तों असीं कैलकुलेट कर सकदे हां। ओके, तो पहले वाले 3 जिहड़े सीगे उह बहुत ज़्यादा इंपोर्टेंट सीगे, इहनूं थोड़ा घट रख सकते हैं। ओके, सो एक बार आपां सारे ऑप्शन जिहड़े तुहानूं मैं रीफ्रेश करा दिते सारे लॉ, राइट। ज़्यादा तुसीं इहदे बारे होर डिटेल जिहड़ा हैगा तुसीं आप स्टडी कर सकते हैं। अगला, ठीक है, 6 अगला क्वेश्चन तुसीं देखो द वेलोसिटी ऑफ साउंड इन एयर डज नॉट डिपेंड ऑन। ठीक है, जो आवाज़ की गति आ वो किस उपर निर्भर नहीं करती, हवा की घनता डेंसिटी ऑफ एयर, हवा का तापमान टेंपरेचर ऑफ एयर, हवा का दबाव प्रेशर ऑफ एयर, हवा की नमी ह्यूमिडिटी ऑफ एयर। ठीक है, और तुसीं दसना इसका सही जवाब, और सही जवाब है इसका ऑप्शन नंबर सी, हवा का दबाव एयर प्रेशर ऑफ एयर उत्ते नहीं डिपेंड करती, आवाज़ की गति वेलोसिटी ऑफ साउंड। ठीक है, सो ये बेसिकली मैं तुहानूं अगर दस सकदा वा, ठीक है, कि इस तरीके नाल आपां इस को आंसर ते पहुंचे। देखो जिहड़ा वेलोसिटी है या साउंड की जो स्पीड हैगी आ उह डायरैक्टली प्रपोर्शनल की आ टैंपरेचर दे। ठीक है, टैंपरेचर दे डायरैक्टली प्रपोर्शनल आ, सो टैंपरेचर ते डिपेंड करती आ। डेंसिटी दे इनवर्सली प्रपोर्शनल आ, इत्थे तुसीं देख सकते हैं कि डेंसिटी दे इनवर्सली प्रपोर्शनल आ। ओके, सो इह भी जिहड़ी हैगी डिपेंड करती, डेंसिटी उत्ते भी डिपेंड करती है। ओके, बट प्रेशर दे उत्ते नहीं डिपेंड करती। एंड इस तों इलावा जो गल ह्यूमिडिटी दी रह गई, सो ह्यूमिडिटी इस तरीके नाल वा बेसिकली जदों ह्यूमिडिटी अर्थ विच जिहड़ी हैगी आ उह एयर दे विच इनक्रीज़ हुंदी आ। ठीक है, जदों ह्यूमिडिटी इनक्रीज़ हुंदी आ तां उहदे नाल की हुंदा वा, जो एयर दी डेंसिटी है, ठीक है, उह डिक्रीज़ हुंदी आ। ठीक है, डेंसिटी डिक्रीज़ हुंदी आ, सो जे डेंसिटी डिक्रीज़ हो गई तां फिर साउंड ऑफ स्पीड की वधूगा, है ना। ओके, सो इस करके जिहड़ी हैगी आ उह स्पीड वध जांदी आ, राइट। सो इहदे उत्ते भी ह्यूमिडिटी दे उत्ते भी डिपेंड कर जांदा वा। ओके, और मोस्ट एप्ट जिहड़ा आंसर रहेगा उह प्रेशर रहेगा, कि प्रेशर उत्ते डिपेंड नहीं करता। ओके, और ये क्वेश्चन जिहड़ा हैगा प्रॉपरली जिहड़ा रिसर्च है इहदा आंसर बिल्कुल इहे ही आंसर है। फिर भी जो तुहाडा कोई सवाल होवे जां होवे बवाल तां तुसीं कर सकदे हो कमेंट बॉक्स दे विच उसका जिक्र। अगला क्वेश्चन देखो, वॉट हैपन्स वैन लाइट ट्रैवल्स फ्रॉम एयर टू ग्लास। ठीक है, जदों रोशनी हवा तो शीशे विच जाती है तो की होंदा है, बेसिकली क्वेश्चन है कि वह किधर नू बेंड होंदी है या नहीं होंदी। सो ये तो तुसीं देना है सही जवाब। ओके, और इहदा सही जवाब आएगा ऑप्शन नंबर ए, इट बेंड टूवर्ड्स द नॉर्मल लाइन। ओके, सो एक बहुत ही बेसिक क्वेश्चन, बहुत ही एक कोर जिन्हों कह सकते हैं वो क्वेश्चन है। ठीक है, कॉमन सेंस का भी क्वेश्चन है, आपां इहदे उत्ते एक्सपैरीमेंट कीते आ 6वीं 7वीं 8वीं दे विच। ओके, सो वो एक्सपैरीमेंट तुहानू याद दवाना मैं एक बारी फिर, तुसीं देखो कि इधरों लाइट जा रही है, ठीक है, इत्थे ग्लास स्लैब पई हुई है इह, ठीक है, और जदों तुसीं देखो कि जदों लाइट एयर तो ग्लास विच एंटर हुंदी है तां इह नॉर्मल वल नूं जिहड़ी हैगी आ बेंड हो जाती है। ओके, ये नॉर्मल है, ठीक है, ग्लास स्लैब दे उत्ते जो 90 डिग्री की लाइन बन रही है इह, ओके, इहनूं नॉर्मल कहा जाता वा। सो इहदे तरफ इह मुड़ गई, ठीक है, जदों निकली वापस ग्लास तों फिर एयर वल गई तां फिर दूसरे पासे नूं मुड़ गई। ओके,
ये जिहड़ा हैगा भाई रिफ्रैक्शन का प्रिंसीपल है, ठीक है। एक बहुत ही कोर प्रिंसीपल। अगला क्वेश्चन देखो, विच ऑफ द फॉलोइंग मेडिकल प्रोसीजर यूजेस द प्रिंसिपल ऑफ टोटल इंटरनल रिफ्लेक्शन। ओके, केड़ा इक्विपमेंट है जो टोटल इंटरनल रिफ्लेक्शन के सिद्धांत पर काम करता वा? एक्सरे आ, सीटी स्कैन आ, एंडोस्कोपी आ, या नन ऑफ अबव? नोटा। ओके, यही देना इसका सही जवाब, और सही जवाब है ऑप्शन नंबर सी, एंडोस्कोपी। ठीक है, एंडोस्कोपी जी हैगी टोटल इंटरनल रिफ्लैक्शन के उत्ते करती है काम। आओ इन थोड़ा समझते हैं, ठीक है। सो ये होंगे वा, बेसिकली एक ट्यूब है जी साढ़े मूँह के विचों की पा दी जाती है, साढ़े पेट में चले जाती है, और ये ट्यूब ऐसी होंगी है कि ट्यूब के जोड़े है एक साइड के अगर लाइट पाइए, ठीक है, लाइट ये एक साइड से एंटर करे तो लाइट ये अंदर रिफ्लैक्ट हो के कितने पहुँच जाती है, दूसरे कोने पर पहुँच जाती है लाइट, ठीक है। ओके, सो इतने जो भी है सानू अगर इतने हनेरा है तो उत्थे रोशनी हो जाएगी। सो इदा ही जो ये ट्यूब साढ़े मुँह थ्रू मुँह के पा के पेट में जाती है तो पेट के इतने देख सकते हैं कि इतने लाइट हो जाती है। ओके, और डॉक्टर ने जो भी कोई प्रोसीजर करना वा, ठीक है, सो की करते हैं सिंपली पेट के शेक करके, दो तीन शेक करके अपना इक्विपमेंट पा लेंगे अंदर, ठीक है। और जो भी छोटी मोटी सर्जरी करनी है वह बिना ही कोई चीर फाड़ करे दे मेजर, ठीक है, इस तरीके सर्जरी कर देंगे, ठीक है। ये होता वा एंडोस्कोपी, इनू पंजाबी तुसी सुनाया होगा दूरबीन, ठीक है, कि दूरबीन नाल ऑपरेशन होना वा, ठीक है। वो दूरबीन बाइनोकुलर नहीं है, ठीक है, सो बेसिकली इनू ही दूरबीन ही कह दिता जाता वा, ठीक है, एंडोस्कोपी नू। ऑल राइट, हाँ जी। अगला क्वेश्चन, अगला एक नमेरिकल आ गया वा, की है क्वेश्चन, द हाफ लाइफ पीरियड ऑफ अ रेडियो एक्टिव सबस्टांस इज 70 डेज। 1 ग्राम ऑफ द सेम सबस्टांस विल बिकम 0.25 ग्राम आफ्टर डैश डेज, कि किन्ने दिनों के एक ग्राम जो है वा वह 0.25 ग्राम रह जाता वा। ओके, तो बेसिकली ये अगर हाफ लाइफ देखिया जाए, टी हाफ वो कितनी है 70 डेज। टी हाफ का मतलब की होया कि जो 1 ग्राम तो अगर अद्धा ग्राम होना वा तो किन्ने दिन लगने हैं, 70 दिन लगने हैं, ठीक है। क्यों? क्योंकि रेडियो एक्टिव मटीरियल होंगे आ जोड़े ये डीके करते रहेंगे आ, ठीक है, रेडिएशन छड़ते हैं ना, सो ये आपस के अमाउंट घटती रहती है पाए पाए की, ठीक है। 70 दिनों के इन्होंने कहा कि रेडियो एक्टिव मटीरियल जोड़ा है वह अद्धा रह जाता वा। ओके, ठीक है, सो आपू की चाहिए वा, आपू तो 0.25 चाहिए, सो हाफ का भी अद, 0.5 का अद कि हो गया 0.25, सो अगेन हाफ तो 0.25 होने किन्ने दिन लगने हैं, अगेन 70 डेज। क्यों? क्योंकि 0.5 का अद्धा किन्ना वा, 0.25। ओके, सो इस तरीके सू टोटल दिन किन्ने लगे, 140 दिन, 140 डेज। ओके, सो साडा आंसर आ जाएगा ए, ऑप्शन ए, 140 डेज। ऑल राइट, थोड़ा नमेरिकल सेगा ये, बट ईजी कंसैप्ट सेगा। हूँ अगला क्वेश्चन जोड़ा है आयोडाइज सॉल्ट की है, ये पढ़ो ऑप्शन और लभो यदा सही जवाब, और इसका सही जवाब है ऑप्शन नंबर ए, ठीक है, मिक्सचर ऑफ पोटाशियम आयोडाइड एंड कॉमन सॉल्ट। ठीक है, कॉमन सॉल्ट की होंगे वा, NaCl, सोडियम क्लोराइड, पोटाशियम आयोडाइड और सोडियम क्लोराइड के मिक्सचर नूं कहा जाता वा आयोडाइज सॉल्ट। पर आयोडाइज सॉल्ट क्यों खाना चाहिए वा? क्यों? क्योंकि यह गोइटर नूं प्रिवेंट करता वा, या जिन्हों गेंगा रोग कहा जाता, जिदा तुम देख सकते हैं इस लेडी के इतने गले के उत्ते सुजिया होया वा, है ना। सो इनू गेंगा रोग भी कह देंगे। बेसिकली ये होंगे की है कि थायरॉयड जोड़ा है वा, थायरॉयड अगर नॉर्मल आ तो इस तरीके का होंगे वा, पर जो आयोडीन की कमी हो जाती है तो थायरॉयड जोड़ा है वो इनलार्ज हो जाता वा, ठीक है। सो वो करके सूँ ये देख दी है गल गला जोड़ा है वो फुल जाता वा, उसे बहुत ज़्यादा सोजिश आ जाती है, राइट, दिस इज ड्यू टू इनलार्ज थायरॉयड। ओके, और इस तो इलावा जोड़ा है थायरॉयड अपने आयोडीन की कमी के नाल सानू होर भी प्रॉब्लम्स आउंदियां ने, जिदा थायरॉयड प्रॉब्लम, स्क्विंटिंग, डैफनेस, ब्रेस्ट सिस्ट, मतलब ब्रेस्ट के विच गटियां बन जांदियां ने, है ना, डेवलपमेंट डिसऑर्डर, तो ये सारिया प्रॉब्लम होंदियां, इस करके सानू आयोडाइज साल्ट खाना चाहिए वा। अगला क्वेश्चन है कि विनेगर की है, ठीक
ठीक है, तुसी देखो ये ऑप्शन और मेनू दियो दा सही जवाब। और सही जवाब है इसका ऑप्शन नंबर ए, 5 to 10% एसिटिक एसिड इन वाटर। ठीक है, एसिटिक एसिड होंदा बेसिकली उन्हों वाटर दे विच मिक्स करके 5 to 20% का सोल्यूशन बनाओ तो बन जाता वा विनेगर। अगला क्वेश्चन, लिटमस इज ऑब्टेन्ड फ्रॉम। पहली गल की लिटमस होंदा की है, ठीक है। सो जदों भी आप पीएच वैल्यू चेक करनी होंगी है कि एसिडिक नेचर है बेसिक नेचर है, तो आप लिटमस पेपर का यूज करते हैं या आप लिटमस सोल्यूशन का यूज करते हैं। हुण क्वेश्चन ये है कि लिटमस कितों बनता वा, बैक्टीरिया तो, फंगस तो, एलगा तो, लाइकन तो। ओके, तो तुसी देना इसका सही जवाब, और सही जवाब है ऑप्शन डी, लाइकन। ठीक है, सो एक बारी लाइकन के दर्शन भी कर लो। इस तरीके दे नाल जिहड़ा है चट्टानां दे उत्ते हुंदा, ठीक है। सो चट्टानां दे उत्ते, चट्टानां दे विच्चों जिहड़ा रॉक्स दे विच्चों न्यूट्रिएंट्स लै के ये जिहड़ी हैगी लाइकन बनदा वा, और ये जिहड़ा पोल्यूशन दे बहुत सेंसिटिव हुंदा वा। जिहड़े भी एरिया दे विच्च पोल्यूशन हो जाए है ना, उत्थे उत्थे तुहानूं लाइकन नहीं मिलणगे, राइट। अगला क्वेश्चन देखो, इन एन अनडैमेज ब्लड वैसल कन्वर्जन ऑफ प्रोथ्रोम्बिन टू थ्रोम्बिन इज प्रिवेंटेड बाय। ठीक है, क्वेश्चन कोर है बट थोड़ा डिफिकल्ट है, जे तुहानूं ये क्वेश्चन नहीं आता फिर भी माफ किया जा सकता वा। ओके, पर पहले सारे क्वेश्चन जिहड़े तुहानूं आने चाहिए सीगे, बड़ी ही कोर चीज़ों के विचों पूछे गए हैं, राइट। सो ऑप्शन देखो और मैनूं दिओ इसका सही जवाब। प्रोथ्रोम्बिन जिहड़ा बेसिकली एक प्रोटीन हुंदा वा बॉडी दे विच, राइट, लिवर दे वल्लों बनाया जाता वा, और ये ब्लड क्लॉटिंग जो मैकेनिज्म है उसके उत्ते क्वेश्चन हैगा वा। ठीक है, सो प्रोथ्रोम्बिन नू थ्रोम्बिन दे विच कन्वर्ट होने तो कौन रोकता है। ओके, सो साडा आंसर है इसका राइट आंसर है हैपेरिन। हैपेरिन जिहड़ा एक एंटीकोगुलेंट हुंदा वा, राइट, और यह रोकता है, जबकि जिहड़ा जो अगर दो देखा जाए जो हैल्प करते हैं प्रोथ्रोम्बिन नू थ्रोम्बिन विच कन्वर्ट होने लई, ठीक है, वो कौन आ, थ्रोम्पीकिनेज, एक एंजाइम हुंदा वा थ्रोम्बीकिनेज, राइट, जिहदे पिछे भी ASE आ जाए है ना। सो तुसी हिसाब ला लो कि वह एक एंजाइम है, ठीक है, एंड कैल्शियम, ये दोनों हैल्प करते हैं, जबकि हैपेरिन जिहड़ा हैगा वा वह प्रिवेंट करता वा कन्वर्जन नू। ऑलराइट, हुण जिहड़ा हैगा वा अगेन एक बहुत ही मज़ेदार क्वेश्चन, बड़ा ईजी क्वेश्चन, जो आप 3D मूवी देखते हैं उसके लिए सानू की पहनने की जरूरत पैंदी है, 3D मूवी देखने लिए सानू काहदी जरूरत पैंदी है। ऑप्शन ने मैगनीफाइंग ग्लास, कैनवैक्स ग्लास, पोलराइड ग्लास या नोटा, नन ऑफ द अबव। तुसी देना है इसका सही जवाब, और सही जवाब है ऑप्शन सी, पोलराइड ग्लास। ठीक है जी, सो पोलराइड ग्लास दे हेल्प नाल देख सकते असीं 3D मूवीज। और अगला क्वेश्चन, व्हेन वाटर इज हीटेड फ्रॉम 0 डिग्री टू 10 डिग्री सेल्सियस, जदों पानी नूं 0 डिग्री तो 10 डिग्री तक गर्म किया जाता है, हाउ डज इट्स वॉल्यूम चेंज, इसका वॉल्यूम किवें बदलता है, इसका आयतन, पंजाबी च आयतन नहीं होना चाहिए सी, वॉल्यूम लिख दिता। ओके, सो ये वाधा है, ये घटता है, ये पहला वाधा है तो फिर घटता है, ये पहला घटता है तो फिर वाधा है। ओके, सो यदा दसो तुसी सही जवाब। ओके, और इसका सही जवाब है ऑप्शन नंबर डी, ये पहला घटता है फिर वाधा है। क्यों इदा, क्यों, क्योंकि जो पानी का जोड़ा हैगा कि हाईएस्ट डेंसिटी या कह लो कि लोएस्ट वॉल्यूम वाटर का, ठीक है, वह किन्ना हुंदा वा, 3.98 डिग्री सेल्सियस से, या रफली कह लो तो 4 डिग्री सेल्सियस के उत्ते। ओके, हाईएस्ट डेंसिटी वाटर की इस टेंपरेचर उत्ते हुंदी है, ठीक है। ओके, सो इस करके जदों असी इधर से देखो, इधर अपना टेंपरेचर चल रहा वा 0 तो 2, 2 तो 4, 4 तो 6, सो इधर वाधे जा रहे हैं, इधर अपना वॉल्यूम है, ठीक है। ओके, सो जदों असी की कीता कि जदों असी टेंपरेचर वधाया 0 तो 2 डिग्री आए तो वॉल्यूम डाउन आ गया। ओके, 4 डिग्री आ गए हो डाउन आ गया। ओके, सो 4 डिग्री तो लोएस्ट होंदा वा, सो इस तो बाद फिर यह वधना शुरू हो गया। ओके, सो इस तरीके दे नाल जिहड़ा हैगा वा यह पहला घटता है फिर वधदा है। ओके, सो इहदे कंसैप्ट दे नाल रिलेटेड तुहानूं इक होर चीज़ करदा हुण, जिहड़ी तुसीं देखोगे कि आइस जिहड़ी हैगी आ, बर्फ आ, उह पानी दे उत्ते क्यों तैरदी आ,
राइट, क्यों तैरती है? क्योंकि बर्फ का जिहड़ा हैगा वा वो डेंसिटी घट है पानी दे नालों। ठीक है, बर्फ हल्की है, पानी भारा हुंदा वा, इस करके ही बर्फ जिहड़ी हैगी वो पानी उत्ते तैरती है। राइट, नहीं तां जिहड़ी हैगी है बर्फ वो पानी दे विच डुब जावे। ठीक है, सो इसे कारण ही चाहे समुंदर दी जिहड़ी बहुत, जिन्ना भी तुसीं समुंदर दे विच डूंगा चले जाओ, जिन्ना भी डूंगा चले जाओ, तुहानूं थल्ले समुंदर दे किते भी बर्फ नहीं मिलेगी। राइट, बर्फ कितने मिलेगी? सिर्फ जिथे मिलेगी सरफेस के उत्ते मिलेगी। ठीक है, थले जाते जाओगे, दाते जाओगे तो सब तो थले तुहानूं किहड़ा सब तो भारा पानी मिलेगा, और भारे पानी का टेंपरेचर कितना होएगा? 4 डिग्री सेल्सियस। ऑल राइट, सो इस तरीके नाल जिहड़ा हैगा एक होर कंसैप्ट तुहाडा मैं कीता है क्लीयर। राइट, सो इस तरीके दे तुसीं साइंस दे क्वेश्चन होर करना चाहुंदे आ, तुहाडा साइंस वीक आ, तुसीं होर अच्छी तरीके नाल साइंस दे क्वेश्चन दी तैयारी करना चाहुंदे आ, तां तुसीं मेरे कोल लै सकदे आ 3000+ साइंस दे एमसीक्यूज अलोंग विद एक्सप्लेनेशन। उहदे विच काफ़ी एक्सप्लेनेशन दित्ती होएगी हरेक ही आंसर दी। ठीक है, और उहदे विच फिजिक्स, केमिस्ट्री एंड बायोलॉजी सारे एमसीक्यूज जिहड़े हैगे तुहानूं मिलणगे, और बहुत ही जिहड़ी हैगी आ एक अफोर्डेबल कॉस्ट दे उत्ते। इस तों इलावा तुसीं देख सकदे कि करंट अफेयरस दे भी क्वेश्चन पिछले 1 साल दे तुसीं लै सकदे आ, और जे किसी ने सिर्फ साइंस नहीं पूरी जीके लैनी होवे, हिस्ट्री, ज्योग्राफी, इकोनॉमी, पॉलिटी, इनवायरमेंट एंड साइंस, ठीक है, तां वो भी जिहड़ा हैगा वा मैनूं डिस्क्रिप्शन दे विच व्हाट्सएप नंबर दिता होया वा उत्थे कर सकदा वा कॉन्टैक्ट। राइट, और इस तो अलावा तुहानूं डिस्क्रिप्शन दे विच की मिल जाएगा, सो ये पुराने पेपर जिहड़े हैगे इन्हां दे पीडीएफ दा लिंक मिल जाएगा, जो सारी पीवाईक्यू सीरीज है जदों ये कंप्लीट हो जाएगी तां इहदा भी कंपाइल करके मैं पीडीएफ तुहानूं डिस्क्रिप्शन दे विच दे देवांगा। मेरा व्हाट्सएप नंबर ते प्लेलिस्ट ऑफ पीवाईक्यू सीरीज, सो सारी सीरीज दी प्लेलिस्ट दा तुहानूं लिंक मिल जाएगा, तुसीं सारे ही साइंस दे इहदे जिहड़े हैगे देख सकदे आ। ऑल राइट, सो फाइनली जे तुहानूं ये वीडियो लगी होवे चंगी तां लाइक जरूर कर दिओ, यही तुहाडी फीस है इत्थे, तुसीं जानदे आ, कमेंट्स कर दिओ, तुहाडे कमेंट्स सानूं मोटिवेशन दिंदे आ, एक डायरेक्शन दिंदे आ काम करन दी, और चंगी लगी तो अपने फ्रेंड्स दे नाल भी शेयर करो, उहनां दा भी फायदा करो, अपना भी फायदा करो। राइट, सो इहदे नाल ही करदे आ अज दी क्लास समाप्त। वाहिगुरू जी का खालसा, वाहिगुरू जी की फतेह।